بسم اللہ الرحمن الرحیم السلام علیکم ورحمۃ اللہ وبرکاتہ دوستو ਕਿਦਾ ਠੀਕ ਠਾਕ ਹੋ 14 اگਸਟ ਆ ਰਿਹਾ ਦਾ ਇੰਡੀਪੈਂਡੈਂਸ ਡੇ ਆਫ ਪਾਕਿਸਤਾਨ ਯਾਨੀ یومِ آزادی ਪਾਕਿਸਤਾਨ ਦੇ ਵਿੱਚ ਬੜੀ ਖੁਸ਼ੀ ਦਾ ਸਮਾਹ ਹੁੰਦਾ ਕਿਉਂਕਿ ਅੱਲਾਹ ਤਾਲਾ ਨੇ ਆਪਦੇ ਖਾਸ ਫਜ਼ਲ ਨਾਲ 1947 ਚ ਪਾਕਿਸਤਾਨ ਪੂਰੀ ਮਿਲਤੇ ਇਸਲਾਮੀਆਂ ਨੂੰ ਇੱਕ ਤੋਹਫ਼ਾ ਦਿੱਤਾ 14 اگਸਟ 1947 ਹਰ ਮੁਸਲਮਾਨ ਵਾਸਤੇ ਇੱਕ ਬਹੁਤ ਖੁਸ਼ੀ ਦਾ ਇਹ ਮੌਕਾ ਵਾ ਖਾਸ ਤੌਰ ਤੇ ਜਿਹੜੇ ਪਾਕਿਸਤਾਨ ਚ ਲੋਕ ਵਸਦੇ ਆ ਕਿ ਹਜ਼ਾਰਾਂ ਲੱਖਾਂ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਹਜ਼ਾਰਾਂ ਔਰਤਾਂ ਨੇ ਆਪਦੀ ਇੱਜ਼ਤ ਗੁਆਈ ਔਰ ਅੱਲਾਹ ਤਾਲਾ ਨੇ ਸਾਨੂੰ ਇਹ ਪਿਆਰਾ ਵਤਨ ਪਾਕਿਸਤਾਨ ਦਿੱਤਾ 14 ਅਗਸਤ ਦੇ ਉੱਤੇ ਬਹੁਤ ਜ਼ਿਆਦਾ ਖੁਸ਼ੀ ਮਨਾਈ ਜਾਂਦੀ ਪਾਕਿਸਤਾਨ ਚ ਔਰ ਖੁਸ਼ੀ ਮਨਾਉਣੀ ਵੀ ਚਾਹੀਦੀ ਆ ਕਿਉਂਕਿ ਖੁਸ਼ੀ ਦਾ ਟਾਈਮ ਆ ਖੁਸ਼ੀ ਦਾ ਮੌਕਾ ਵਾ ਲੇਕਿਨ ਇਹਦੇ ਨਾਲ ਨਾਲ ਸਾਨੂੰ ਦੋਸਤੋ ਸੋਚਣਾ ਵੀ ਚਾਹੀਦਾ ਖੁਸ਼ੀ ਮਨਾਉਣ ਦੇ ਕਈ ਤਰੀਕੇ ਹੁੰਦੇ ਆ ਯਾਨੀ ਜਿੱਦਾਂ ਪਾਕਿਸਤਾਨ ਦੇ ਵਿੱਚ ਮੈਂ ਤਾਂ ਇੱਕ ਵਾਰੀ 14 ਅਗਸਤ ਦੇ ਉੱਤੇ ਗਿਆ ਲਾਹੌਰ ਉਹ ਗਾਇਤ ਅਸੀਂ ਕਿਸੇ ਹੋਰ ਕੰਮ ਸੀਗੇ ਉੱਥੇ ਮਨਾਰੇ ਪਾਕਿਸਤਾਨ ਇੱਕ ਐਜੂਕੇਸ਼ਨ ਕਨਵੈਨਸ਼ਨ ਸੀਗਾ ਅਸੀਂ ਗਏ ਸੀ ਕਿ ਉੱਥੇ ਦੋਸਤ ਉਹ ਦਿਨੇ ਕਨਵੈਨਸ਼ਨ ਅਸੀਂ ਅਟੈਂਡ ਕੀਤਾ ਰਾਤ ਨੂੰ ਅਸੀਂ ਰਹਿਣਾ ਸੀਗਾ ਉੱਥੇ ਨਾਲ ਗੁਲਬਰਗ ਰੈਸ਼ ਦਾ ਇੰਤਜ਼ਾਮ ਕੀਤਾ ਸੀਗਾ ਉੱਥੇ ਅਸੀਂ ਗਏ ਤੇ ਦੋਸਤ ਕਹਿੰਦੇ ਯਾਰ ਨਾ ਅੱਜ 14 ਅਗਸਤ ਆ ਤੇ ਰਾਤ ਨੂੰ ਨਿਕਲੀਏ ਅਸੀਂ ਸਾਰੇ ਦੋਸਤ ਨਿਕਲੇ ਤੇ ਮਾਸ਼ਾਅੱਲਾ ਆਪਣੇ ਲਾਹੌਰੀਏ ਜ਼ਿੰਦਾਦਿਲ ਲਾਹੌਰੀਏ ਤੇ ਉਹ ਮੈਂ ਤਾਂ ਪਹਿਲੀ ਵਾਰ ਹੀ ਦੇਖਿਆ 4 4000 ਮੋਟਰਸਾਈਕਲ ਜਿਹੜਾ ਨਾ ਉਹ ਲਾਈਨ ਚ ਲਾ ਕੇ ਮਾਨ ਰੋਡ ਦੇ ਉੱਤੇ ਬੜੀ ਯਾਨੀ ਸ਼ੋਰੋ ਗਲ ਤੇ ਲੋਕ ਕਾਰਾਂ ਦੇ ਉੱਤੇ ਤੇ ਬੜੇ ਅਜੀਬੋ ਗਰੀਬ ਨਾਜ਼ਰ ਦੇਖੇ ਐਨੀਵੇ ਹਰ ਬੰਦੇ ਦਾ ਆਪਣਾ ਆਪਣਾ ਤਰੀਕਾ ਹੈਗਾ ਯਾਨੀ ਸਾਡੇ ਪਾਕਿਸਤਾਨ ਚ ਆਮ ਤੌਰ ਤੇ ਲੋਕ ਬੈਨਰ ਲਾਉਂਦੇ ਆ ਝੰਡੇ ਲਾਉਂਦੇ ਆ ਪਾਕਿਸਤਾਨ ਦੇ ਨਗਮੇ ਹੁੰਦੇ ਆ ਲੋਕ ਕਾਰਾਂ ਦੇ ਉੱਤੇ ਮੋਟਰਸਾਈਕਲਾਂ ਦੇ ਉੱਤੇ ਸਜਾ ਕੇ ਝੰਡੀਆਂ ਘਰਾਂ ਨੂੰ ਸਜਾਉਂਦੇ ਆ ਲਾਈਟਾਂ ਲਾਉਂਦੇ ਆ ਫਾਇਰਿੰਗ ਕਰਦੇ ਆ ਖਾਣੇ ਬਣਦੇ ਆ ਸਾਰਾ ਕੁਸ਼ੀਆ ਨਹੀਂ ਹੁੰਦਾ ਲੇਕਿਨ ਦੋਸਤੋ ਅਗਰ ਅਸੀਂ ਗੌਰ ਕਰੀਏ ਦੇਖੀਏ ਕਿ ਜੇ ਇਸ ਮਕਸਦ ਵਾਸਤੇ ਅਸੀਂ ਇਹ ਪਿਆਰਾ ਵਤਨ ਪਾਕਿਸਤਾਨ ਹਾਸਲ ਕੀਤਾ ਅਸੀਂ ਉਹ ਮਕਸਦ ਅਚੀਵ ਨਹੀਂ ਕਰ ਸਕੇ ਪਾਕਿਸਤਾਨ ਦੇ ਵਿੱਚ ਹੱਲੇ ਵੀ ਬੇਤਹਾਸ਼ਾ ਗੁਰਬਤ ਆ ਅਨਪਲੋਇਮੈਂਟ ਆ ਪਾਕਿਸਤਾਨ ਦੇ ਵਿੱਚ ਹੱਲੇ ਵੀ ਹਜ਼ਾਰਾਂ ਲੋਕ ਜਿਹੜੇ ਆ ਰਾਤ ਨੂੰ ਸੜਕਾਂ ਤੇ ਸੌਂਦੇ ਆ ਲੋਕਾਂ ਨੂੰ ਰੋਜ਼ਗਾਰ ਦੇ ਮਸਾਇਲੇ ਆ ਅਦਾਲਤਾਂ ਚ ਇਨਸਾਫ ਨਹੀਂ ਮਿਲਦਾ ਮੇਰੀ ਇੱਕ ਤਜਵੀਜ਼ ਆ ਦੇਖੋ ਪਾਕਿਸਤਾਨ ਦੇ ਜਿੰਨੇ ਵੀ ਵੱਡੇ ਸ਼ਹਿਰ ਆ ਜਿਦਾ ਹੁਣ ਕਰਾਚੀ ਆ ਮਲਤਾਨ ਆ ਫੈਸਲਾਬਾਦ ਆ ਲਾਹੌਰ ਆ ਇਸਲਾਮਾਬਾਦ ਆ ਹੋਰ ਛੋਟੇ ਸ਼ਹਿਰ ਆ ਫਿਰ ਪਾਕਿਸਤਾਨ ਚ ਕਿੰਨੇ ਵਿਲੇਜਸ ਹੈਗੇ ਆ ਪਾਕਿਸਤਾਨ ਚ ਤਹਿਸੀਲਾਂ ਜ਼ਿਲ੍ਹੇ ਡਿਵੀਜ਼ਨਸ ਅਗਰ ਅਕਾਊਂਟ ਕਰੋ ਤੇ ਅਗਰ ਸਾਡੀ ਕੌਮ ਗੌਰ ਕਰੇ ਸੋਚੇ ਕਿ ਹਰ ਸ਼ਹਿਰ ਦੇ ਲੋਕ ਜਿਹੜੇ ਆ ਉਹ ਇਤਿਹਾਦ ਕਰਕੇ ਇਹ ਡਿਸਾਈਡ ਕਰਨ ਕਿ ਯਾਰ ਅਸੀਂ ਇਹ ਜਿਹੜਾ ਪੈਸਾ ਇਦਾਂ ਫਜ਼ੂਲ ਖਰਚ ਕਰਦੇ ਮੈਂ ਇਹਨੂੰ ਫਜ਼ੂਲ ਖਰਚੀ ਇਸ ਤੋਂ ਕਹੂੰਗਾ ਕਿ ਤੁਸੀਂ 14 ਅਗਸਤ ਤੋਂ ਜਦੋਂ 15 ਅਗਸਤ ਹੁੰਦੀ ਆ ਉਹ ਬੈਨਰ ਉਹ ਝੰਡੀਆਂ ਜਿਹੜੀਆਂ ਕੋਈ ਸੜਕਾਂ ਤੇ ਰੋਲ ਰਹੀਆਂ ਹੁੰਦੀਆਂ ਕੋਈ ਨਾਲੀਆਂ ਚ ਪਏ ਹੁੰਦੇ ਆ ਇਦਾਂ ਪਾਕਿਸਤਾਨ ਦੇ ਝੰਡੇ ਦੀ ਵੀ ਬੇਅਦਬੀ ਹੁੰਦੀ ਆ ਝੰਡਾ ਤੁਸੀਂ ਲਾਉਣਾ ਵਾ ਇੱਕ ਇੱਕ ਝੰਡਾ ਇਜ਼ਹਾਰੇ ਜਗਜਹਿਤੀ ਨਾਲ ਲਾ ਲਓ ਲੇਕਿਨ ਇਦਾਂ ਪੂਰੇ ਪੂਰੇ ਬਾਜ਼ਾਰ ਝੰਡੀਆਂ ਨਾਲ ਭਰ ਦੇਣੇ ਇਹੀ ਪੈਸਾ ਅਗਰ ਇਕੱਠਾ ਕਰਕੇ ਹਰ ਸ਼ਹਿਰ ਦੇ ਵਿੱਚ ਹਰ ਸਾਲ ਇੱਕ ਸਕੂਲ ਬਣੇ ਤੇ 73 ਸਾਲ ਹੋ ਚੱਲੇ ਆ ਪਾਕਿਸਤਾਨ ਆਜ਼ਾਦ ਆਜ਼ਾਦੀ ਹਾਸਲ ਕੀਤੀਆਂ ਹਰ ਸ਼ਹਿਰ ਦੇ ਵਿੱਚ 73 ਸਕੂਲ ਬਣ ਸਕਦੇ ਸੀਗੇ ਹਰ ਸ਼ਹਿਰ ਦੇ ਵਿੱਚ 73 ਹਸਪਤਾਲ ਬਣ ਸਕਦੇ ਸੀਗੇ ਪਾਕਿਸਤਾਨ ਦੇ ਵਿੱਚ ਅਗਰ ਤੁਸੀਂ ਬਾਹਰ ਅੰਦਰ ਨਿਕਲੋ ਰੇਲਵੇ ਸਟੇਸ਼ਨ বাস ਸਟੇਸ਼ਨ ਪਾਰਕਾਂ 'ਚ ਬਾਜ਼ਾਰਾਂ 'ਚ ਯੂਨੀਵਰਸਟੀਆਂ ਕਾਲਜਾਂ ਦੇ ਸਾਹਮਣੇ ਦੇਖੋ ਕਿ ਕਈ ਸਿਆਣੇ ਬੰਦੇ ਬੱਚੇ ਵਿਚਾਰੇ ਜਿਹੜੇ ਆ ਉਹ ਛੋਟੀਆਂ ਛੋਟੀਆਂ ਚੀਜ਼ਾਂ ਵੇਚ ਰਹੇ ਹੁੰਦੇ ਆ ਔਰ ਉਹ ਆਪਦਾ ਇਦਾਂ ਹੀ ਰੋਜ਼ੀ ਰੋਟੀ ਕਮਾਉਂਦੇ ਆ ਅਗਰ ਹਰ ਸਾਲ ਯਾਨੀ ਲੋਕ 14 ਅਗਸਤ ਦੇ ਦਿਤੇ ਜਿਹੜਾ ਇਹਨਾਂ ਪੈਸਾ ਖਰਚ ਕਰਨਾ ਔਰ ਅਗਰ ਤੁਸੀਂ ਅਕਾਊਂਟ ਕਰੋ ਨਾ ਪੈਸੇ ਯਾਨੀ ਕੋਈ ਬੰਦਾ 10 ਰੁਪਏ ਖਰਚ ਕਰਦਾ ਕੋਈ 50 ਰੁਪਏ ਕੋਈ 100 ਰੁਪਏ ਲੋਕ ਹਜ਼ਾਰਾਂ ਲੱਖਾਂ ਰੁਪਈਆ ਖਰਚ ਕਰਦੇ ਆ ਅਗਰ ਇਹੀ ਪੈਸੇ ਇਕੱਠੇ ਕਰਕੇ ਤੁਸੀਂ ਹਜ਼ਾਰਾਂ ਬੰਦਿਆਂ ਨੂੰ ਰੋਜ਼ਗਾਰ ਪ੍ਰੋਵਾਈਡ ਕਰ ਸਕਦੇ ਆ ਯਾਨੀ ਛੋਟੀ ਜੀ ਟੱਕ ਸ਼ਾਪ ਬਣਾਤੀ ਕਿਸੇ ਨੂੰ ਰੇੜੀ ਲੈਤੀ ਉਹਦੇ ਤੇ ਉਹ ਫਲ ਸਬਜ਼ੀਆਂ ਵੇਚ ਸਕਦਾ ਜਾਂ ਹੋਰ ਕਿਸੇ ਨੂੰ ਛੋਟਾ ਮੋਟਾ ਕਾਰੋਬਾਰ ਜਿਹੜਾ ਕਰਾ ਕੇ ਦੇ ਸਕਦੇ ਆ ਲੇਕਿਨ ਅਸੀਂ ਕੌਮ ਇਹ ਨਹੀਂ ਸੋਚਦੇ ਕਿਉਂਕਿ ਹਕੀਕੀ ਖੁਸ਼ੀ ਤਾਂ ਸਾਨੂੰ ਉਦੋਂ ਹੀ ਮਿਲਸਰ ਆਉਣਾ ਉਦੋਂ ਹੀ ਸਾਨੂੰ ਹਾਸਲ ਹੋਊਗੀ ਜਦੋਂ ਹਰ ਪਾਕਿਸਤਾਨ ਚ ਹਰ ਬੰਦੇ ਦੇ ਕੋਲ ਰੋਜ਼ਗਾਰ ਆਊਗਾ ਪਾਕਿਸਤਾਨ ਦੇ ਵਿੱਚ ਗਰੀਬ ਜਿਹੜੇ ਆ ਉਹ ਲੈਣਾ ਚ ਲਾ ਕੇ ਰਾਸ਼ਨ ਨਾ ਲੈਣਗੇ ਹਰ ਬੰਦਾ ਜਿਹੜਾ ਬਾਈਜ਼ੋ ਤਰੀਕੇ ਦੇ ਨਾਲ ਆਪਦਾ ਰੋਜ਼ਗਾਰ ਆਪਦੀ ਕਮਾਈ ਆਪਦੀ ਨੌਕਰੀ ਕਰੂਗਾ ਰੋਟੀ ਖਾਊਗਾ ਔਰ ਪਾਕਿਸਤਾਨ ਦੇ ਵਿੱਚ ਹਸਪੀਟਲਾਂ ਦਾ ਨਿਜ਼ਾਮ ਬਿਹਤਰ ਹੋ ਜਾਊਗਾ ਹਰ ਥਾਂ ਤੇ ਸਕੂਲ ਹੋਣਗੇ ਫਿਰ ਹਕੀਕੀ ਖੁਸ਼ੀ ਆਊਗੀ ਹੁਣ ਮੈਨੂੰ ਇਹ ਦੱਸੋ ਦੋਸਤੋ ਕਿ ਇੱਕ ਬੰਦਾ ਜਿਹੜਾ ਉਹਦੇ ਘਰ ਦੇ ਵਿੱਚ ਉਹਦੇ ਕੋਲ ਸੱਤ ਰੰਗ ਦੇ ਖਾਣੇ ਪਏ ਆ ਔਰ ਉਹਦਾ ਗਵਾਂਡੀ ਜਿਹੜਾ ਭੁੱਖਾ ਬੈਠਾ ਤੁਹਾਡੇ ਬੱਚੇ ਜਿਹੜੇ ਆ ਅੱਛੇ ਸਕੂਲਾਂ ਚ ਪੜ ਰਹੇ ਆ ਔਰ ਤੁਹਾਡੇ ਗਵਾਂਡੀ ਦਾ ਬੱਚਾ ਜਿਹੜਾ ਉਹ ਸਵੇਰ ਨੂੰ ਵਿਚਾਰਾ ਨਿਕਲਦਾ ਉਹ ਛੋਟੀਆਂ-ਮੋਟੀਆਂ ਚੀਜ਼ਾਂ ਵੇਚ ਕੇ ਆਪਦਾ ਗੁਜ਼ਾਰਾ ਕਰਦਾ ਮੈਨੂੰ ਦੱਸੋ ਕਿਆ ਤੁਹਾਨੂੰ ਮਹਿਸੂਸ ਨਹੀਂ ਹੁੰਦਾ ਤੁਹਾਡੀ ਲਾਈਫ ਡਿਸਟਰਬ ਨਹੀਂ ਹੁੰਦੀ ਮੈਨੂੰ ਕਿਸੇ ਦਾ ਤਾਂ ਪਤਾ ਨਹੀਂ ਲੇਕਿਨ ਮੈਂ ਆਪਣੀ ਗੱਲ ਕਰਦਾ ਕਿ ਮੈਂ ਅਗਰ ਰੋਟੀ ਖਾ ਰਿਹਾ ਮੇਰੇ ਕੋਲ ਕੋਈ ਬੰਦਾ ਭੁੱਖਾ ਬੈਠਾ ਮੇਰੇ ਹਲਕ 'ਚੋਂ ਰੋਟੀ ਠਾਹ ਨਹੀਂ ਜਾਣੀ ਸੋ ਹਕੀਕੀ ਖੁਸ਼ੀ ਉਦੋਂ ਹੀ ਆਊਗੀ ਕਿ ਜਦੋਂ ਪਾਕਿਸਤਾਨ ਖੁਸ਼ਹਾਲ ਹੋਊਗਾ ਸੋ ਮੈਰੀ ਜਿਹੜੇ ਵੀ ਲੋਕ ਆਵਾਜ਼ ਸੁਣ ਰਹੇ ਆ ਐਸ 14 ਅਗਸਤ ਦੇ ਉੱਤੇ ਤੁਸੀਂ ਤਹਈਆ ਕਰੋ ਕਿ ਇਹ ਫਜ਼ੂਲ ਖਰਚੀ ਕਰਨ ਦੀ ਬਜਾਏ ਅਗਰ ਤੁਸੀਂ ਪੈਸੇ ਅਕਾਊਂਟ ਕਰੋ ਨਾ ਇਹ ਪੈਸੇ ਪੂਰੀ ਕੌਮ ਜਿਹੜੀ ਹੈ ਅਰਬਾਂ ਰੁਪਇਆ ਸਾਲ ਦਾ ਇਹ ਖਰਚ ਕਰ ਦਿੰਦੀ ਹੈ ਅਰਬਾਂ ਰੁਪਇਆ ਅਗਰ ਤੁਸੀਂ ਅਕਾਊਂਟ ਕਰੋ ਯਾਨੀ ਕੋਈ 10000 ਕੋਈ 15000 ਕੋਈ ਲੱਖ ਲੋਕ ਲੱਖਾਂ ਰੁਪਈਆ ਜਿਹੜਾ ਵਾ ਉਹ ਇਸ ਮਤਲਬ ਚੀਜ਼ਾਂ ਦੇ ਉੱਤੇ ਖਰਚ ਕਰ ਦਿੰਦੇ ਆ ਅਗਰ ਹਰ ਸ਼ਹਿਰ ਦੇ ਵਿੱਚ ਲੋਕ ਇਤحاد ਬੇਸਿਕ ਪ੍ਰੋਬਲਮ ਸਾਡੀ ਇਹ ਆ ਕਿ ਸਾਡੇ ਵਿੱਚ ਇਤحاد ਨਹੀਂ ਹੈਗਾ ਯੂਨਿਟੀ ਨਹੀਂ ਹੈਗੀ ਅਗਰ ਯੂਨਿਟੀ ਹੋਵੇ ਕਰਾਚੀ ਵਾਲੇ ਲੋਕ ਜਿਹੜੇ ਆ ਉਹ ਆਪਦੇ ਜਿੰਨਾ ਜਿਹੜਾ ਪੈਸਾ ਖਰਚ ਕਰਨਾ ਉਹ ਆਪਦੇ ਸ਼ਹਿਰ ਦੇ ਵਿੱਚ ਇੱਕ ਦੋ ਸਕੂਲ ਬਣਾ ਦੇਣ ਹਸਪੀਟਲ ਬਣਾ ਦੇਣ ਇਦਾਂ ਹੀ ਲਾਹੌਰ ਵਾਲੇ ਜਿਹੜੇ ਆਪਦੇ ਸ਼ਹਿਰ 'ਚ ਸਾਡੇ ਅਕਾੜੇ ਵਾਲੇ ਸਾਈਵਾਲ ਵਾਲੇ ਇਦਾਂ ਜਿੰਨੇ ਵੀ ਸ਼ਹਿਰ ਆ ਲੋਕ ਜਿਹੜੇ ਆ ਇਤਿਹਾਦ ਕਰਕੇ ਯੂਨਿਟੀ ਕਰਕੇ ਕਿ ਯਾਰ ਐਸ 14 ਅਗਸਤ ਦੇ ਉੱਤੇ ਨਾ ਫਜ਼ੂਲ ਖਰਚੀ ਨਹੀਂ ਕਰਨੀ ਸਾਰਾ ਪੈਸਾ ਇਕੱਠਾ ਕਰੋ ਆਪਾਂ ਇੱਥੇ ਇੱਕ ਸਕੂਲ ਬਣਾ ਦਈਏ ਇੱਥੇ ਇੱਕ ਕਾਲਜ ਬਣਾ ਦਈਏ ਇੱਥੇ ਇੱਕ ਹਸਪੀਟਲ ਬਣਾ ਦਈਏ ਸਾਡੇ ਮੁਲਕ ਕਿੰਨੀ ਖੁਸ਼ਹਾਲ ਹੋ ਸਕਦਾ ਲੇਕਿਨ ਅਸੀਂ ਲੋਕ ਅਹਿਸਾਸ ਨਹੀਂ ਕਰਦੇ ਲੋਕ ਜਿਹੜੇ ਆ ਉਹ ਪੈਸਾ ਵੇਸਟ ਕਰ ਦਿੰ لیکن پاکستان ਦੇ ਵਿੱਚ ਦੱਸੋ ਇੰਨੀ ਗੁਰਬਤ ਹੋਣ ਦੇ ਬਾਵਜੂਦ ਔਰ ਇੰਨੇ ਲੋਕ ਜਿਹੜੇ ਬੇਰੋਜ਼ਗਾਰ ਹੋਣ ਦੇ ਬਾਵਜੂਦ ਬੱਚੇ ਸਕੂਲਾਂ ਤੋਂ ਬਾਹਰ ਹੋਣ ਦੇ ਬਾਵਜੂਦ ਇਹ ਕਾਦੀ ਖੁਸ਼ੀ ਹੈਗੀ ਆ ਸੋ ਇਸ 14 اگਸਟ ਦੇ ਉੱਤੇ ਇਹ ਤਹਈਆ ਕਰੋ ਚਲੋ ਜੇ ਤੁਸੀਂ ਅਸੀਂ ਯੂਨਿਟੀ ਦੇ ਨਾਲ ਤੇ ਅਸੀਂ ਕਿਉਂਕਿ ਨਾ ਲੋਕਾਂ ਨੇ ਰਲਣਾ ਹੀ ਆ ਕਿਉਂਕਿ ਪਾਕਿਸਤਾਨ 'ਚ ਇਹ ਵੀ ਪ੍ਰੋਬਲਮ ਆ ਨਾ ਕਿ ਤੁਸੀਂ ਅੱਛਾ ਕੰਮ ਸ਼ੁਰੂ ਕਰੋ ਤੇ ਬਹੁਤ ਘੱਟ ਲੋਕ ਆ ਜਿਹੜੇ ਤੁਹਾਡੇ ਨਾਲ ਤੁਰਨਗੇ ਲੇਕਿਨ ਆਪਣੇ ਤੌਰ ਦੇ ਉੱਤੇ ਜਿਹੜਾ ਤੁਸੀਂ ਕੋਈ 5-10 ਹਜ਼ਾਰ ਰੁਪਇਆ ਇਸ ਕੰਮ ਤੇ ਖਰਚ ਕਰਨਾ ਉਹੀ ਕਿਸੇ ਗਰੀਬ ਨੂੰ ਦੇ ਦਿਓ ਉਹੀ ਤੁਸੀਂ ਇਦਾਂ ਕਰੋ ਕਿ ਅਗਰ ਤੁਸੀਂ 20-25000 ਰੁਪਇਆ ਖਰਚ ਕਰਨਾ ਕਿਸੇ ਗਰੀਬ ਨੂੰ ਕੋਈ ਰੇੜੀ ਲਾ ਦਿਓ ਕਿ ਚਾਰ ਯਾਰ ਇਹਦਾ ਕੋਈ ਰੋਜ਼ਗਾਰ ਦਾ ਸਿਸਟਮ ਬਿਹਤਰ ਹੋ ਜਵੇ ਆਈ ਹੋਪ ਕਿ ਤੁਸੀਂ ਮੇਰੇ ਇਸ ਮੈਸੇਜ ਨੂੰ ਸਮਝੋਗੇ ਅੱਗੇ ਵੀ ਪਹੁੰਚਾਉਂਗੇ ਜਿੰਦੇ ਵਾਸਤੇ ਰਹੋ ਓਕੇ ਜੀ ਮੈਂ ਵੀ ਸੈਰ ਵਾਸਤੇ ਨਿਕਲਿਆ ਸੀਗਾ ਮੈਂ ਕਿਹਾ ਚਲੋ ਦੋਸਤਾਂ ਨਾਲ ਗੱਪਸ਼ਾਪ ਮਾਰ ਲਈਏ ਚੰਗਾ ਜੀ ਅਸਲਾਮੁਅਲੈਕਮ ਜੀ ਅੱਲਾਹ ਹਾਫਿਜ਼